ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਟ੍ਰੈਵਲਰ ਕਿਕਸ ਤੇ ਤੁਹਾਡਾ ਸਵਾਗਤ ਹੈ। ਲਓ ਜੀ, ਆਪਾਂ ਅੰਮ੍ਰਿਤਸਰ ਦੇ ਵਿੱਚ ਆਏ ਹੋਏ ਹਾਂ ਅਤੇ ਅੱਜ ਆਪਾਂ ਤੁਹਾਨੂੰ ਵਿਖਾਵਾਂਗੇ ਨੈਕਟਰ ਕੈਫੇ, ਅਤੇ ਜਿਹੜਾ ਕਿ ਬਣਿਆ ਹੋਇਆ ਹੈਗਾ HK ਕਲਾਕਸ ਇਨ ਦੇ ਟੋਪ ਫਲੋਰ ਤੇ। ਅਤੇ ਆਪਾਂ ਟੋਪ ਫਲੋਰ ਤੇ ਤੁਹਾਨੂੰ ਲੈ ਕੇ ਚੱਲਾਂਗੇ। ਆ ਜਾਓ, ਕਰਦੇ ਹਾਂ ਵੀਡੀਓ ਦੀ ਸ਼ੁਰੂਆਤ। ਲਓ ਜੀ, ਪਹੁੰਚ ਚੁੱਕੇ ਆਪਾਂ HK ਕਲਾਕਸ ਇਨ। ਇਹ ਸਾਹਮਣੇ ਲਿਫਟ ਆਪਾਂ ਨੂੰ ਵਿਖਾਈ ਦੇ ਰਹੀ ਆ ਤੇ ਪੀਕੌਕ ਬਹੁਤ ਸੋਹਣੇ ਬਣੇ ਹੋਏ ਆ, ਪੰਜਾਬੀ ਚ ਕਹੀਏ ਤਾਂ ਮੋਰ। ਤੇ ਆਪਾਂ ਸਾਹਮਣੇ ਵੇਖ ਰਹੇ ਹਾਂ ਰਿਸੈਪਸ਼ਨ, ਤੇ ਰਿਸੈਪਸ਼ਨ ਏਰੀਆ ਆਪਾਂ ਤੁਹਾਨੂੰ ਵਿਖਾ ਦਿੱਤਾ ਤੇ ਹੁਣ ਆਪਾਂ ਲਿਫਟ ਲੈ ਕੇ ਆ ਚੁੱਕੇ ਹਾਂ ਉੱਪਰ। ਤੇ ਇੱਥੋਂ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਇਨਡੋਰ ਐਂਟਰੀ ਕਰਾਵਾਂਗੇ। ਇਨਡੋਰ ਐਂਟਰੀ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਅੰਦਰ ਦਾ ਮਾਹੌਲ ਦਿਖਾਉਣ ਦੀ, ਤੇ ਬਾਹਰਲੇ ਪਾਸੇ ਆਪਾਂ ਵੇਖ ਰਹੇ ਹਾਂ ਸਵਿਮਿੰਗ ਪੂਲ। ਤੇ ਜੇ ਆਪਾਂ ਗੱਲ ਕਰੀਏ ਵੀਡੀਓ ਤਾਂ ਰਾਈਟ ਹੈਂਡ ਸਾਈਡ ਤੇ ਜਿਵੇਂ ਕਿ ਗਲਾਸ ਜਿਹੜੇ ਓਪਨ ਕੀਤੇ ਹੋਏ ਆ, ਉੱਥੋਂ ਜਿਹੜਾ ਸਵਿਮਿੰਗ ਪੂਲ ਦਾ ਤੇ ਬਾਹਰ ਦਾ ਨਜ਼ਾਰਾ ਬਹੁਤ ਸੋਹਣਾ ਦਿਖਾਈ ਦੇ ਰਿਹਾ ਸੀ। ਤੇ ਆਪਾਂ ਤੁਹਾਨੂੰ ਇਨਡੋਰ ਪਹਿਲਾਂ ਵਿਖਾ ਦਿੰਦੇ ਹਾਂ ਕਿ ਅੰਦਰ ਦਾ ਕੈਫੇ ਕਿੱਦਾਂ ਦਾ ਬਣਿਆ ਹੋਇਆ। ਸੀਟਿੰਗ ਅਰੇਂਜਮੈਂਟ ਬਹੁਤ ਸੋਹਣਾ ਹੈਗਾ, ਖਾਸ ਕਰਕੇ ਜਿਹੜੇ ਸਾਹਮਣੇ ਆਪਾਂ ਵਿਖਾਈ ਦੇ ਰਹੇ ਆ ਗਲਾਸ ਟ੍ਰਾਂਸਪੇਰੈਂਟ, ਉਹਦੇ ਨਾਲ ਜਿਹੜਾ ਬਾਹਰੀ ਵਿਊ ਆ ਉਹ ਆਪਾਂ ਨੂੰ ਹੋਰ ਵੀ ਸੋਹਣਾ ਲੱਗ ਰਿਹਾ। ਇੱਦਾਂ ਹੀ ਆਪਾਂ ਤੁਹਾਨੂੰ ਬਾਹਰ ਵਿਖਾ ਕੇ ਇਸ ਤੋਂ ਬਾਅਦ ਲੈ ਕੇ ਚੱਲਦੇ ਹਾਂਗੇ ਰੂਫ ਟੋਪ ਵੱਲ ਨੂੰ। ਤੁਸੀਂ ਯਕੀਨ ਕਰੋ, ਉੱਪਰ ਦਾ ਜੋ ਮਾਹੌਲ ਆ ਉਹ ਦੇਖ ਕੇ ਤੁਸੀਂ ਓਨਾ ਜੱਜ ਨਹੀਂ ਕਰ ਪਾਓਗੇ ਜਿੰਨਾ ਤੁਹਾਨੂੰ ਇੱਥੇ ਆ ਕੇ ਫੀਲ ਕਰਨਾ ਪਊ ਕਿ ਆਪਾਂ ਨੂੰ ਕਿਹੋ ਜਿਹੇ ਨਜ਼ਾਰੇ, ਕਿਹੋ ਜਿਹਾ ਮਾਹੌਲ ਇੱਥੇ ਵੇਖਣ ਨੂੰ ਮਿਲ ਰਿਹਾ ਜਾਂ ਫੀਲ ਕਰਨ ਨੂੰ ਮਿਲ ਰਿਹਾ। ਐਕਚੁਅਲੀ HK ਕਲਾਕਸ ਇਨ ਕਾਫੀ ਉਚਾਈ ਤੇ ਬਣਿਆ ਹੋਇਆ, ਤੇ ਆਪਾਂ ਜੇ ਗੱਲ ਕਰੀਏ ਤਾਂ ਇਹਦੀਆਂ ਕਾਫੀ ਫਲੋਰਸ ਆ, ਤੇ ਸਾਹਮਣੇ ਵੀ ਆਪਾਂ ਦੇਖ ਰਹੇ ਹਾਂ ਤਾਂ ਹੋਲੀਡੇ ਇਨ ਆਪਾਂ ਵੇਖ ਰਹੇ ਹਾਂ, ਉਹਦੀ ਬਿਲਡਿੰਗ ਵੀ ਤਕਰੀਬਨ ਬਰਾਬਰ ਆ, ਤੇ ਇਧਰਲੀ ਸਾਈਡ ਨੂੰ ਬੈਸਟ ਵੈਸਟਰਨ। ਤੇ ਆਪਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਵਲੌਗਸ ਦੇ ਵਿੱਚ ਆਪਾਂ ਤੁਹਾਨੂੰ ਬੈਸਟ ਵੈਸਟਰਨ ਦਾ ਵੀ ਜਿਹੜਾ ਰੂਫ ਟੋਪ ਆ ਵਿਖਾਵਾਂਗੇ। ਪਰ ਫਿਲਹਾਲ ਆਪਾਂ ਤੁਹਾਨੂੰ ਅੱਜ ਵਿਖਾਉਂਦੇ ਹਾਂਗੇ ਨੈਕਟਰ ਦਾ ਉੱਪਰ ਦਾ ਮਾਹੌਲ ਕਿਹੋ ਜਿਹਾ। ਖੈਰ ਮਾਹੌਲ ਦੀ ਗੱਲ ਕਰਦੇ ਹਾਂ ਤਾਂ ਜਿਸ ਤਰ੍ਹਾਂ ਹਵਾਵਾਂ ਵਗ ਰਹੀਆਂ ਨੇ ਤੇ ਪਲਾਂਟਸ ਕਿਵੇਂ ਝੂਮ ਰਹੇ ਆ, ਸਿਟਿੰਗ ਪਲਾਨ ਇੰਨਾ ਸੋਹਣਾ ਹੈ, ਫਲਾਵਰ ਸਕੈਂਟ ਲੱਗ ਰਹੇ ਆ, ਮਤਲਬ ਇਦੂ ਉੱਪਰ ਸ਼ਬਦਾਵਲੀ ਜਿਹੜੀ ਆ ਉਹ ਆਪਣੇ ਕੋਲੇ ਖਤਮ ਹੋ ਜਾਂਦੀ ਆ। ਤੇ ਇਸੇ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹੈਗਾ ਜਿਹੜਾ ਮੈਨਿਊ, ਤੇ ਮੈਨਿਊ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪ੍ਰਾਈਸਿਸ ਕੀ ਆ ਤੇ ਕਿਹੜੀਆਂ ਕਿਹੜੀਆਂ ਡਿਸ਼ਿਸ ਆਪਣੇ ਲਈ ਅਵੇਲੇਬਲ ਨੇ। ਤੇ ਇੱਥੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜੇਕਰ ਤੁਸੀਂ ਰੋਕਣਾ ਚਾਹੁੰਦੇ ਹੋ, ਸਟੇ ਕਰਨਾ ਚਾਹੁੰਦੇ ਹੋ
ਤਾਂ ਤੁਸੀਂ HK ਕਲਾਕਸ ਵਿੱਚ ਕਰ ਸਕਦੇ ਹੋ, ਜਿਹਦੇ ਕਿ ਜਿਹੜੇ ਪ੍ਰਾਈਸਿਸ ਆ ਉਹ ਅਕੋਰਡਿੰਗ ਟੂ ਵੀਕਡੇਜ਼ ਵੱਧਦੇ ਘੱਟਦੇ ਰਹਿੰਦੇ ਆ, ਜਿਹਦੇ ਕਰਕੇ ਮੈਂ ਪ੍ਰਾਈਸਿਸ ਕਦੇ ਵੀ ਵੀਡੀਓ ਵਿੱਚ ਮੈਂਸ਼ਨ ਨਹੀਂ ਕਰਦਾ। ਅਤੇ ਆਪਾਂ ਜੋ ਲਿਖਤ ਦੇ ਵਿੱਚ ਆਪਣੇ ਸਾਹਮਣੇ ਆ, ਜਿਵੇਂ ਕਿ ਮੈਨਿਊ, ਉਹ ਆਪਾਂ ਤੁਹਾਡੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ, ਅਤੇ ਜਿਹਦੇ ਨਾਲ ਤੁਸੀਂ ਪੜ੍ਹ ਕੇ ਅੰਦਾਜ਼ਾ ਲਾ ਲਓਗੇ ਵੀ ਕੀ ਡਿਸ਼ਿਜ਼ ਆਪਾਂ ਨੂੰ ਇੱਥੇ ਮਿਲ ਸਕਦੀਆਂ ਨੇ ਅਤੇ ਉਹ ਕੀ ਪ੍ਰਾਈਸ ਦੇ ਵਿੱਚ ਮਿਲਣਗੀਆਂ। ਅਤੇ ਇਸੇ ਤਰ੍ਹਾਂ ਹੀ ਆਪਾਂ ਵੀਡੀਓ ਦੀ ਅੱਗੇ ਸ਼ੁਰੂਆਤ ਕਰਦੇ ਹਾਂ, ਮੈਨਿਊ ਨੂੰ ਮੈਂ ਵੀ ਪੜ੍ਹਦਾ ਅਤੇ ਆਪਾਂ ਵੀ ਥੋੜ੍ਹਾ ਬਹੁਤਾ ਕੁਛ ਖਾਣ ਪੀਣ ਦਾ ਆਰਡਰ ਕਰਦੇ ਹਾਂ। ਹਾਏ, ਇਸੇ ਤਰ੍ਹਾਂ ਹੀ ਬਾਹਰੀ ਮਾਹੌਲ ਦੇ ਨਾਲ ਨਾਲ ਮੈਂ ਤੁਹਾਡੇ ਨਾਲ ਕੁਛ ਗੱਲਾਂ ਸ਼ੇਅਰ ਕਰਨੀਆਂ ਚਾਹੁੰਦਾ ਕਿ ਜਿਹੜੇ ਮੇਰੇ ਵੀਰਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਾਇੰਡਲੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਜੇ ਪਸੰਦ ਆਈ ਤਾਂ ਉਹਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ। ਅਤੇ ਜੇ ਹੋਰ ਵੀ ਪਸੰਦ ਆਈ, ਤੁਸੀਂ ਹੋਰ ਵੀ ਆਪਣੇ ਫਰੈਂਡਸ ਦੇ ਨਾਲ ਇਹ ਵੀਡੀਓ ਨੂੰ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਾਇੰਡਲੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਉਹ ਵੀ ਇੱਥੇ ਆ ਕੇ ਇਸ ਮਾਹੌਲ ਨੂੰ ਇੰਜੋਏ ਕਰ ਸਕਣ। ਅਤੇ ਇਸੇ ਤਰ੍ਹਾਂ ਹੀ ਆਪਾਂ ਤੁਹਾਡੇ ਲਈ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਸਾਂਝੀਆਂ ਕਰਾਂਗੇ। ਆਉਣ ਵਾਲੇ ਟਾਈਮ 'ਚ ਆਪਾਂ ਹੋਰ ਵੀ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ ਬਿਲਕੁਲ ਇਹੋ ਜਿਹੇ ਕੈਫੇ ਹੀ ਵਗਾਵਾਂਗੇ ਜੋ ਤੁਹਾਨੂੰ ਇੱਕ ਤੋਂ ਇੱਕ ਵੱਧ ਕੇ ਲੱਗਣਗੇ। ਅਤੇ ਮੈਨੂੰ ਬੜੀ ਖੁਸ਼ੀ ਹੈਗੀ ਕਿ ਤੁਸੀਂ ਮੇਰੀਆਂ ਲੁਧਿਆਣੇ ਦੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦੇ ਰਹੇ ਹੋ, ਇਕੱਲੀ ਇਕੱਲੀ ਵੀਡੀਓ ਤੁਸੀਂ ਪਸੰਦ ਕਰ ਰਹੇ ਹੋ ਅਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਤੁਸੀਂ ਲਾਸਟ ਵੀਡੀਓ ਜਿਹੜੀ ਆਪਣੀ ਬਹੁਤ ਪਸੰਦ ਕੀਤੀ ਦੀ ਬਾਤ। ਅਤੇ ਮੈਂ ਚਾਹੁੰਦਾ ਦੀ ਬਾਤ ਤੋਂ ਬਾਅਦ ਆਪਾਂ ਇੱਕ ਹੋਰ ਵਧੀਆ ਸ਼ੁਰੂਆਤ ਕਰੀਏ ਅਤੇ ਤੁਸੀਂ ਉਸ ਵੀਡੀਓ ਨੂੰ ਵੀ ਓਨਾ ਹੀ ਪਿਆਰ ਦਿਓ।